ਫਾਜ਼ਿਲਕਾ ਦੇ PSPCL ਵਿਭਾਗ ਵਿਖੇ ਬਤੌਰ SDO ਆਪਣੀਆਂ ਸੇਵਾਵਾਂ ਦੇ ਚੁੱਕੇ ਸ਼੍ਰੀ ਰਜਿੰਦਰ ਕੁਮਾਰ ਜੀ ਇੱਕ ਵਾਰ ਫਿਰ ਫਾਜ਼ਿਲਕਾ ਵਿੱਚ ਬਤੌਰ ਐਕਸੀਅਨ ਆਪਣਾ ਕੰਮ ਸੰਭਾਲ ਰਹੇ ਹਨ ਅਤੇ ਬਤੌਰ ਐਕਸੀਅਨ ਆਪਣਾ ਅਹੁਦਾ ਸੰਭਾਲਦੇ ਹੋਏ ਸ਼੍ਰੀ ਰਜਿੰਦਰ ਕੁਮਾਰ ਜੀ ਐਕਸੀਅਨ PSPCL ਵਿਭਾਗ ਫਾਜ਼ਿਲਕਾ ਨੇ ਕਿਹਾ ਵੀ ਜੋ ਬਿਜਲੀ ਦੇ ਡਿਫਾਲਟਰ ਹਨ ਚਾਹੇ ਉਹ ਘਰੇਲੂ ਮੀਟਰਾਂ ਵਾਲੇ ਬਿਜਲੀ ਦੇ ਡਿਫਾਲਟਰ ਹਨ ਜਾਂ ਡੋਮੈਸਟਿਕ ਵਾਲੇ ਉਹਨਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਉਹ ਆਪਣਾ ਖਾਤਾ ਨੰਬਰ ਪਾ ਕੇ ਐਪਲੀਕੇਸ਼ਨ ਦੇ ਕੇ ਵਨ ਟਾਈਮ ਸੈਟਲਮੈਂਟ ਸਿੱਧੀ ਤਰ੍ਹਾਂ ਇੱਕ ਤਰੀਕੇ ਦੀ ਸੈਟਲਮੈਂਟ ਕਰ ਸਕਦੇ ਹਨ ਜਿਸ ਵਿੱਚ PSPCL ਵਿਭਾਗ ਵੱਲੋਂ ਉਹਨਾਂ ਦੀ ਵਿਆਜ ਮਾਫ਼ ਕੀਤੀ ਜਾਏਗੀ ਅਤੇ ਬਕਾਇਆ ਰਾਸ਼ੀ ਦੀਆਂ ਕਿਸ਼ਤਾਂ ਵੀ ਬਣੀਆਂ ਜਾਣਗੀਆਂ। ਉਸ ਲਈ ਆਖਰੀ ਮਿਤੀ ਕੀ ਹੈ ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਵੀ ਪੰਜਾਬ ਸਰਕਾਰ ਵੱਲੋਂ ਹਰੇਕ ਘਰ ਘਰੇਲੂ ਨੂੰ 600 ਯੂਨਿਟ ਮਾਫ਼ ਦਿੱਤਾ ਗਿਆ ਹੈ ਪਰ ਫਿਰ ਵੀ ਕਈ ਲੋਕ ਇਸ ਦਾ ਨਜਾਇਜ਼ ਫਾਇਦਾ ਚੱਕਦੇ ਹੋਏ ਘਰਾਂ ਵਿੱਚ ਕੁੰਡੀਆਂ ਪਾ ਰਹੇ ਹਨ ਜਾਂ ਡੋਮੈਸਟਿਕ ਕੁੰਡੀਆਂ ਪਾ ਰਹੇ ਹਨ। ਉਹਨਾਂ ਖਿਲਾਫ਼ ਵਿਭਾਗ ਵੱਲੋਂ ਗੁਪਚੁੱਪ ਤਰੀਕੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛਾਪੇਮਾਰੀ ਦੌਰਾਨ ਫੜੇ ਗਏ ਬਿਜਲੀ ਚੋਰਾਂ ਖਿਲਾਫ਼ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਕਿਹਾ ਗਿਆ ਹੈ ਕਿਸੇ ਨੂੰ ਵੀ ਸਮਾਜ ਵਿੱਚ ਕੋਈ ਵੀ ਗਲਤ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਉਸ ਖਿਲਾਫ਼ ਜੋ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਹੋਵੇਗੀ ਉਹ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਬੋਲਦੇ ਹੋਏ ਐਕਸੀਅਨ ਰਜਿੰਦਰ ਕੁਮਾਰ PSPCL ਵਿਭਾਗ ਨੇ ਕਿਹਾ ਵੀ ਜਿਨ੍ਹਾਂ ਦੀ ਵਨ ਟਾਈਮ ਸੈਟਲਮੈਂਟ ਰਹਿੰਦੀ ਹੈ ਉਹ ਜਲਦੀ ਹੀ ਜਲਦੀ ਵਿਭਾਗ ਵਿੱਚ ਆਪਣੀਆਂ ਐਪਲੀਕੇਸ਼ਨਾਂ ਦੇ ਸਕਦੇ ਹਨ ਅਤੇ ਉਹਨਾਂ ਨਾਲ ਹੀ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਬਣ ਚੁੱਕੀ ਹੈ ਵੀ ਸਮਾਰਟ ਮੀਟਰ ਲੱਗ ਰਹੇ ਹਨ ਜੇ ਉਹ ਰੀਚਾਰਜ ਹੋਣਗੇ। ਇਸ ਤਰ੍ਹਾਂ ਦੇ ਕੋਈ ਵੀ ਮੀਟਰ ਹਾਲੇ ਤੱਕ ਨਹੀਂ ਲੱਗ ਰਹੇ ਹਨ ਅਤੇ ਵਿਭਾਗ ਵੱਲੋਂ ਜੋ ਵੀ ਨਵੀਂ ਟੈਕਨੀਕ ਆ ਰਹੀ ਹੈ ਉਸ ਦੀ ਪਾਲਣਾ ਕੀਤੀ ਜਾ ਰਹੀ ਹੈ। ਇੱਥੇ ਬੋਲਦੇ ਹੋਏ ਐਕਸੀਅਨ PSPCL ਵਿਭਾਗ ਰਜਿੰਦਰ ਕੁਮਾਰ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਨਮਸਕਾਰ ਜੀ, ਸਭ ਤੋਂ ਪਹਿਲਾਂ ਤੁਹਾਡਾ ABN 'ਚ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਤੁਸੀਂ ਫਾਜ਼ਿਲਕਾ ਜੁਆਇਨ ਕੀਤਾ ਐਜ਼ ਏ ਐਕਸੀਅਨ, ਤੁਸੀਂ ਪਹਿਲਾਂ ਇੱਥੇ ਐਜ਼ ਏ SDO ਵੀ ਕੰਮ ਕਰ ਚੁੱਕੇ ਹੋ ਰੂਰਲ ਏਰੀਆ ਦੇ ਵਿੱਚ, ਉਦੋਂ ਅਤੇ ਹੁਣ ਕੰਮ ਕਰਨ ਵਿੱਚ ਕਿਸ ਤਰ੍ਹਾਂ ਦਾ ਇੱਕ ਵੱਖਰਾਪਣ ਵਿਖਦਾ ਜਾਂ ਕੀ ਤਜਰਬਾ ਵਿਖਦਾ, ਕੀ ਫਰਕ ਵਿਖਦਾ ਸਰ? ਦੇਖੋ ਜੀ, ਪਹਿਲਾਂ ਮੈਂ ਇੱਥੇ SDO ਕੰਮ ਕਰਕੇ ਗਿਆ, ਏਰੀਆ ਤਾਂ ਜਾਣਾ ਪਛਾਣਾ ਹੀ ਹੈ ਅਤੇ ਹੁਣ ਮੈਂ ਇੱਥੇ ਪਹਿਲੀ ਵਾਰੀ ਮੈਨੂੰ ਐਜ਼ ਏ ਐਕਸੀਅਨ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਮੇਰਾ ਇਹੀ ਪ੍ਰਾਇਓਰਟੀ ਹੈ ਵੀ ਜਿਹੜਾ ਖਪਤਕਾਰ ਆ ਰਿਹਾ ਉਹਨੂੰ ਬਹੁਤ ਵਧੀਆ ਸੇਵਾਵਾਂ ਦਿੱਤਾ ਜਾਣ ਅਤੇ ਕਿਸੇ ਦਾ ਵੀ ਕੰਮ ਕਿਸੇ ਵੀ ਸੀਟ 'ਤੇ ਨਾ ਰੁਕੇ, ਇਨ ਟਾਈਮ ਕੰਮ ਹੋਵੇ ਸਾਰਿਆਂ ਦਾ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਾਰਿਆਂ ਨੂੰ ਸਹੂਲਤਾਂ ਜਿਹੜੀਆਂ ਬਿਜਲੀ ਬੋਰਡ ਦੇ ਰਿਹਾ ਉਹ ਮਿਲੇ ਅਤੇ ਵਧੀਆ ਜਿਹੜੀ ਸਪਲਾਈ ਹੈ ਸ਼ਹਿਰ ਵਾਸੀਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਜਾਵੇ ਅਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਵਧੀਆ ਸਪਲਾਈ ਦੇਣ ਦੇ ਉਪਰਾਲੇ ਜਿਹੜੇ ਅਸੀਂ ਕਰ ਰਹੇ ਹਾਂ ਅਤੇ ਉਮੀਦ ਹੈ ਅਸੀਂ ਇਸ ਝੋਨੇ ਦੇ ਸੀਜ਼ਨ 'ਚ ਬਹੁਤ ਵਧੀਆ ਸਪਲਾਈ ਜਿਹੜੇ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ। ਸਰ, ਇਹ ਇੱਕ ਗੱਲ ਹੈ ਵੀ ਲੋਕਾਂ ਵਿੱਚ ਅਫਵਾਹ ਫੈਲਦੀ ਵੀ ਇਹ ਨਵਾਂ ਮੀਟਰ ਕੋਈ ਲੱਗ ਰਿਹਾ, ਉਹ ਸਮਾਰਟ ਮੀਟਰ ਲੱਗ ਰਿਹਾ, ਉਹਨੂੰ ਰੀਚਾਰਜ ਕਹਿੰਦੇ ਕਰਾਇਆ ਜਾਏਗਾ, ਕੀ ਇਸ ਤਰ੍ਹਾਂ ਦੀ ਗੱਲ ਕੋਈ ਹੈਗੀ ਹੈ ਜਿਹੜੇ ਘਰਾਂ 'ਚ ਕੋਈ ਮੀਟਰ ਲੱਗਣ ਦੇ ਬਾਰੇ? ਨਹੀਂ ਜੀ, ਇਹ ਸਮਾਰਟ ਮੀਟਰ ਆਏ ਆ, ਐਕਚੁਅਲੀ ਇਹਦੇ 'ਚ ਕੋਈ ਰੀਚਾਰਜ ਵਾਲੀ ਜਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਟਾਈਮ ਟੂ ਟਾਈਮ ਟੈਕਨੋਲੋਜੀ ਦੇਖੋ ਜੀ ਚੇਂਜ ਹੋ ਰਹੀ ਆ। ਮੀਟਰ ਦੀ ਟੈਕਨੋਲੋਜੀ ਆ ਉਹ ਜਦੋਂ ਤੋਂ ਇਲੈਕਟ੍ਰਿਸਿਟੀ ਇੰਡੀਆ ਦੇ ਵਿੱਚ ਮਤਲਬ ਹੋਈ ਹੈ, ਇਲੈਕਟ੍ਰੀਫਿਕੇਸ਼ਨ ਹੋਈ ਹੈ, ਉਦੋਂ ਤੋਂ ਜਿਹੜੇ ਮੀਟਰ ਹੈਗੇ ਆ ਉਹ ਅਨੇਕੇ ਵਾਰ ਜਿਹੜੇ ਆ ਚੇਂਜ ਹੋਏ ਆ। ਪਹਿਲਾਂ ਦੇਖੋ ਮਕੈਨੀਕਲ ਸੀ, ਫਿਰ ਇਲੈਕਟ੍ਰੋ ਮਕੈਨੀਕਲ ਆਏ, ਫਿਰ ਇਲੈਕਟ੍ਰੋਨਿਕਸ ਆਏ, ਹੁਣ ਜਿਹੜੇ ਸਮਾਰਟ ਮੀਟਰ ਆਏ ਆ। ਇਹਦੇ ਨਾਲ ਦੇਖੋ ਖਪਤਕਾਰਾਂ ਨੂੰ ਕੋਈ ਫਰਕ ਨਹੀਂ ਪੈਣਾ, ਉਵੇਂ ਰੀਡਿੰਗ ਇਹਦੀ ਰਿਕਾਰਡ ਹੋ ਰਹੀ ਹੈ ਜਿਵੇਂ ਪੁਰਾਣੇ ਮੀਟਰ ਦੀ ਹੋ ਰਹੀ ਸੀ। ਕੋਈ ਇਹਦੇ 'ਚ ਚਿੱਪ ਨਹੀਂ ਹੈਗੀ ਆ, ਕੋਈ ਇਸ ਤਰ੍ਹਾਂ ਦਾ ਨਾ ਪ੍ਰੀਪੈਡ ਵਾਲਾ ਕੋਈ ਪਲਾਨ ਹੈਗੀ ਆ, ਸਿਰਫ ਸਮਾਰਟ ਮੀਟਰ ਲਾਉਣੇ ਆ, ਇਹਦੇ 'ਚ ਕੋਈ ਐਡਾ ਕੋਈ ਇਸ਼ੂ ਨਹੀਂ ਹੈ ਜੋ ਪਬਲਿਕ ਨੂੰ ਕਈ ਲੋਕਾਂ ਵੱਲੋਂ ਮਿਸਗਾਈਡ ਕੀਤਾ ਜਾ ਰਿਹਾ। ਸਰ, ਜਿਵੇਂ ਸਰਕਾਰ ਨੇ 300 ਯੂਨਿਟ ਹਰ ਘਰ ਨੂੰ ਹਰ ਮਹੀਨੇ ਫ੍ਰੀ ਕਰ ਦਿੱਤਾ ਗਿਆ ਜੀ, ਅਤੇ 2 ਮਹੀਨੇ ਦਾ 600 ਯੂਨਿਟ ਹੋ ਗਿਆ, ਇਸ ਦੇ ਬਾਵਜੂਦ ਵੀ ਕਈ ਵਾਰੀ ਦੇਖਿਆ ਜਾ ਰਿਹਾ ਕੋਈ ਕੁੰਡੀ ਲਗਾ ਰਿਹਾ, ਕੋਈ ਸਿੱਧਾ ਮੀਟਰ ਡਿਟੈਕਟ ਕਰ ਰਿਹਾ, ਉਹਨਾਂ ਲਈ ਕੀ ਮੈਸੇਜ ਦਿਓਗੇ? ਉਹਨਾਂ ਲਈ ਕੀ ਕਿਸ ਤਰ੍ਹਾਂ ਦਾ ਕੰਮ ਤੁਹਾਡੇ ਵਿਭਾਗ ਵੱਲੋਂ ਜਾਂ ਤੁਹਾਡੀ ਰਹਿਨਮਾਈ 'ਚ? ਉਹਨਾਂ ਲਈ ਮੈਸੇਜ ਹੈ ਜੀ ਵੀ ਉਹ ਆਪਣੀਆਂ ਆਦਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ। ਬਿਜਲੀ ਚੋਰੀ ਦੇ ਕੇਸ ਹੈ, ਜੋ ਵੀ ਉਹਨਾਂ 'ਤੇ ਬਣਦੀ ਕਾਰਵਾਈ ਹੈ ਉਹ ਕਰਾਂਗੇ ਅਤੇ ਜਿਹੜੇ ਇਹੋ ਜਿਹੇ ਅਨਸਰ ਹੈਗੇ ਆ ਉਹ ਉਹਨਾਂ 'ਤੇ ਸਾਡੀ ਨਜ਼ਰ ਆ। ਅਸੀਂ ਫੀਲਡ ਦੇ ਵਿੱਚ ਵੀ ਬੰਦੇ ਰਿਕਰੂਟ ਕੀਤੇ ਹੋਏ ਆ, ਉਹ ਡੇ ਬਾਈ ਡੇ ਸਾਨੂੰ ਦੱਸ ਦਿੰਦੇ ਆ ਅਤੇ ਸਾਡੇ SDOs 'ਤੇ ਹੈ ਟੀਮਾਂ ਹੈਗੀਆਂ, ਉਹ ਚੈੱਕ ਵੀ ਕਰ ਰਹੀਆਂ ਅਤੇ ਚੋਰੀ ਦੇ ਕੇਸ ਬਣ ਰਹੇ ਆ। ਉਹਨਾਂ ਨੂੰ ਮੇਰੀ ਇਹੀ ਸਲਾਹ ਹੈ ਕਿ ਉਹ ਇਸ ਤਰ੍ਹਾਂ ਦਾ ਕੰਮ ਨਾ ਕਰਨ, ਕਿਉਂਕਿ ਅੱਗੇ ਪਹਿਲਾਂ ਹੀ 600 ਯੂਨਿਟ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਜਿਹੜੇ ਆ ਪਹਿਲਾਂ ਹੀ ਦਿੱਤੇ ਜਾ ਰਹੇ ਆ। ਸਰ, ਪਰ ਫਿਰ ਵੀ ਕਈ ਵਾਰੀ ਦੇਖਿਆ ਵੀ ਇਹ ਲੱਗ ਰਹੇ ਨੇ, ਕੁੰਡੀਆਂ ਲੱਗ ਰਹੀਆਂ ਨੇ, ਮਤਲਬ ਜੋ ਤੁਸੀਂ ਕੋਈ ਕਾਰਵਾਈ ਕਰਦੇ ਹੋ ਤਾਂ ਇਹ ਅਕਸਰ ਵੇਖਿਆ ਜਾਂਦਾ ਸੀ ਵੀ ਅੱਜ ਤੋਂ ਪਹਿਲਾਂ
ਵੀ ਪਿਛਲੀਆਂ ਸਰਕਾਰਾਂ ਵਿੱਚ ਰਾਜਨੀਤਿਕ ਪ੍ਰੈਸ਼ਰ ਹੋ ਜਾਂਦਾ ਸੀ ਵੀ ਛੱਡ ਦਿਓ ਜੀ ਮੇਰਾ ਬੰਦਾ ਜੀ ਮੇਰੀ ਪਾਰਟੀ ਦਾ ਕੀ ਆਮ ਆਦਮੀ ਪਾਰਟੀ ਬਦਲਾਵ ਦੇ ਨਾਮ 'ਤੇ ਆਈ ਸੀ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਦਾ ਹੈ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਹੈਗਾ ਹਰੇਕ ਨੂੰ ਅਫਸਰ ਨੂੰ ਹਦਾਇਤਾਂ ਦੇ ਵਿੱਚ ਰਹਿ ਕੇ ਰੂਲਾਂ ਮੁਤਾਬਿਕ ਕੰਮ ਕਰਨ ਦੀ ਪੂਰੀ ਜਿਹੜੀ ਆਜ਼ਾਦੀ ਹੈ ਲੇਕਿਨ ਕਿਸੇ ਨਾਲ ਕੋਈ ਅਫਸਰ ਵੀ ਜ਼ਿਆਦਤੀ ਨਹੀਂ ਕਰ ਸਕਦਾ ਪੋਲੀਟੀਕਲੀ ਕੋਈ ਇਸ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਹੈਗਾ ਇਸ ਨਾਲ ਕੋਈ ਤੁਹਾਡੀ ਰਿਕਵਰੀ 'ਚ ਵਾਧਾ ਹੋਇਆ ਜੀ ਰਿਕਵਰੀ ਦੇ ਵਿੱਚ ਤਾਂ ਵਾਧਾ ਹੋਇਆ ਹੀ ਹੈ ਵੈਸੇ ਵੀ ਸਟਾਫ ਦੀ ਮਤਲਬ ਵੀ ਪ੍ਰੋਪਰ ਵਧੀਆ ਤਰੀਕੇ ਨਾਲ ਕੰਮ ਕਰਨ ਦੇ ਵਿੱਚ ਸਹਿਯੋਗ ਕਰ ਰਹੇ ਅਤੇ ਇੱਕ ਪਿੱਛੇ ਸਰਕਾਰ ਨੇ ਕੋਈ ਸਕੀਮ ਕੱਢੀ ਸੀ OTS ਵਨ ਟਾਈਮ ਸੈਟਲਮੈਂਟ ਉਹ ਕੀ ਸਕੀਮ ਹੈ ਜੀ ਅਤੇ ਕਿਸ ਵਾਸਤੇ ਉਹਦਾ ਲਾਭ ਕਿਵੇਂ ਲਿਆ ਜਾ ਸਕਦਾ ਉਹ ਜੀ 3/9/2022 ਤੱਕ ਜਿਨ੍ਹਾਂ ਦੀ ਡਿਫਾਲਟਿੰਗ ਅਮਾਊਂਟ ਖੜੀ ਹੈ ਚਾਹੇ ਇੰਡਸਟਰੀ ਦੇ ਹੈ ਚਾਹੇ ਘਰੇਲੂ ਹੈ ਚਾਹੇ ਉਹ ਕਮਰਸ਼ੀਅਲ ਹੈਗੇ ਆ ਉਹ ਸਾਡੇ ਕੋਲ ਆ ਸਕਦੇ ਆ ਆਪਣੀ ਅਰਜ਼ੀ ਉਪ ਮੰਡਲ ਅਫਸਰ ਨੂੰ ਦੇ ਸਕਦੇ ਆ ਉਹਦੀ ਪ੍ਰੋਸੈਸਿੰਗ ਫੀਸ ਰੱਖੀ ਹੈ ਉਹ ਆਪਦੀ ਜਮ੍ਹਾਂ ਕਰਵਾ ਸਕਦੇ ਆ ਉਸ ਤੋਂ ਬਾਅਦ ਜੋ ਸਕੀਮ ਦੇ ਵਿੱਚ ਬਣਦਾ ਲਾਭ ਉਹਨੂੰ ਦੇ ਕੇ ਬਾਕੀ ਜਿਹੜੀ ਅਮਾਊਂਟ ਹੈ ਉਹਨੂੰ ਦੱਸ ਦਿੱਤੀ ਜਾਏਗੀ ਅਤੇ ਉਹ ਅਮਾਊਂਟ ਜਿਹੜੀ ਹੈਗੀ ਹੈ ਉਹ ਮਤਲਬ ਉਹਨੂੰ ਭਰਨ ਤੋਂ ਬਾਅਦ ਅਗਰ ਜੋ ਉਹਦਾ ਕਨੈਕਸ਼ਨ ਬੰਦ ਹੈ ਤਾਂ ਨਵਾਂ ਕਨੈਕਸ਼ਨ ਵੀ ਲੱਗ ਜਾਏਗਾ ਉਹਦੇ 'ਚ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਜੀ ਖਪਤਕਾਰ ਜਿਵੇਂ ਤੁਸੀਂ ਕਿਹਾ ਵੀ ਵਨ ਟਾਈਮ ਸੈਟਲਮੈਂਟ ਮੰਨ ਲਓ ਕਿਸੇ ਘਰ ਵਾਲੇ ਦਾ ਘਰੇਲੂ ਦਾ ਕੋਈ ਬਿੱਲ 10,000 ਪੈਂਡਿੰਗ ਹੈ ਜਾਂ 30,000 ਪੈਂਡਿੰਗ ਹੈ ਮੀਟਰ ਉਹਦਾ ਕੱਟਿਆ ਗਿਆ ਉਹਦੀ ਸੈਟਲਮੈਂਟ ਵਿੱਚ ਉਹਦੇ ਪੈਸੇ ਹੀ ਮਾਫ਼ ਹੋਣੇ ਜਾਂ 30,000 ਦੇ ਕਿਸ਼ਤਾਂ ਬਣਨੀਆਂ ਜੀ ਕਿਸ਼ਤਾਂ ਵੀ ਹੋ ਜਾਣਗੀਆਂ ਜੀ ਪੈਸੇ ਵੀ ਉਹਦੇ 'ਚੋਂ ਵਿਆਜ ਦੇ ਕੁਛ ਜਿਹੜੀ OTS ਸਕੀਮ ਦੇ ਅੰਦਰ ਪ੍ਰੋਵੀਜ਼ਨ ਕੀਤੀ ਗਈ ਹੈ ਉਹ ਵੀ ਉਹਨੂੰ ਜਿਹੜੇ ਹੈਗੇ ਆ ਉਹ ਫੰਡ ਹੋਣਗੇ ਉਹਨੂੰ ਕਾਫ਼ੀ ਪੈਸਿਆਂ ਦਾ ਵੀ ਰਿਫੰਡ ਹੋਣਗੇ ਨਾਲੇ ਕਿਸ਼ਤਾਂ ਦਾ ਵੀ ਪ੍ਰੋਵੀਜ਼ਨ ਹੈਗਾ ਕਨੈਕਸ਼ਨ ਵੀ ਲੱਗ ਅਤੇ ਮੇਰੀ ਇਹ ਸਾਰੇ ਲੋਕਾਂ ਨੂੰ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ 'ਤੇ ਵੀ ਇੱਥੇ ਦਫ਼ਤਰਾਂ ਦੇ ਵਿੱਚ ਆਉਣ ਜਿਨ੍ਹਾਂ ਦੇ ਕਨੈਕਸ਼ਨ ਪੱਕੇ ਤੌਰ 'ਤੇ ਕੱਟੇ ਹੋਏ ਆ ਪੈਸੇ ਡਿਫਾਲਟਿੰਗ ਖੜੀ ਆ ਉਹ ਆਪਦਾ ਬੇਨਤੀ ਪੱਤਰ ਦੇਣ ਅਤੇ ਉਹ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਇੱਕ ਆਮ ਆਦਮੀ ਪਾਰਟੀ ਸਰਕਾਰ ਨੇ ਬਦਲਾਵ 7:30 ਦਾ ਟਾਈਮ ਕੀਤਾ ਦਫ਼ਤਰਾਂ ਦੇ ਵਿੱਚ ਉਹਨੂੰ ਐਜ਼ ਏ ਅਫਸਰ ਤੁਸੀਂ ਕਿਵੇਂ ਵੇਖਦੇ ਹੋ ਵੀ ਤੁਹਾਡੇ ਲਈ ਕੀ ਵਾਅਦਾ ਹੈ ਸਟਾਫ ਲਈ ਜਾਂ ਪਬਲਿਕ ਲਈ ਨਹੀਂ ਚੰਗਾ ਉਪਰਾਲਾ ਕੀਤਾ ਜੀ CM ਸਾਹਿਬ ਨੇ ਉਹਦੇ ਕਰਕੇ ਬਿਜਲੀ ਦੀ ਜਿਹੜੀ ਬੱਚਤ ਹੋਣੀ ਆ ਉਹਦੇ ਕਰਕੇ ਵੀ ਚਲੋ ਸਾਨੂੰ ਸਟਾਫ ਨੂੰ ਵੀ 2 ਤੋਂ ਬਾਅਦ ਜਿਹੜਾ ਹੈਗਾ ਉਹ ਆਪਣੇ ਪਰਿਵਾਰ ਨੂੰ ਜਾਂ ਹੋਰ ਆਪਣੇ ਕੰਮਕਾਰ ਕੋਈ ਕਰ ਸਕਦਾ ਅਤੇ ਖਪਤਕਾਰ ਨੂੰ ਵੀ ਬਹੁਤ ਫਾਇਦਾ ਹੈ ਕਿ ਗਰਮੀ ਦਾ ਟਾਈਮ ਹੈ ਸਵੇਰੇ ਜਲਦੀ ਜਲਦੀ ਜਿਹੜਾ ਦਫ਼ਤਰ ਆ ਕੇ ਆਪਦਾ ਠੰਡੇ ਠੰਡੇ ਕੰਮ ਕਰਵਾ ਕੇ ਜਾ ਸਕਦਾ ਉਹਨੂੰ ਕੋਈ ਧੁੱਪੇ ਜਾਂ ਹੋਰ ਖੜਨ ਦੀ ਜ਼ਰੂਰਤ ਨਹੀਂ ਆ ਆਉਣ ਦੀ ਅਤੇ ਸਾਰਾ ਸਟਾਫ ਸਾਡੇ ਸਾਥ ਹਾਜ਼ਰ ਹੋ ਜਾਂਦਾ ਅਤੇ ਕੰਮ ਸ਼ੁਰੂ ਹੋ ਜਾਂਦਾ ਦਫ਼ਤਰ ਦਾ ਜਿਵੇਂ ਝੋਨੇ ਦਾ ਸੀਜ਼ਨ ਤੁਸੀਂ ਅੱਗੇ ਦੱਸਿਆ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਗਰਮੀ ਵੀ ਵੱਧ ਰਹੀ ਹੈ ਕੀ ਝੋਨੇ ਸੀ ਕਿਸਾਨਾਂ ਨੂੰ ਤੁਸੀਂ ਕਿਹਾ ਪਾਣੀ ਪੂਰਾ ਦਿਨ ਵਾਸਤੇ ਲਾਈਟ ਪੂਰੀ ਦਿੱਤੀ ਜਾ ਰਹੀ ਹੈ ਉਹਦੇ ਨਾਲ ਕੋਈ ਕੱਟ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਜਾਂ ਨਹੀਂ ਜੀ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ ਸਾਰੇ ਜਿਹੜੇ ਬਿਜਲੀ ਦੇ ਪ੍ਰਬੰਧ ਹੈ ਸਾਡੀ ਮੈਨੇਜਮੈਂਟ ਵੱਲੋਂ ਬੜੇ ਵਧੀਆ ਤਰੀਕੇ ਨਾਲ ਕਰ ਲਏ ਗਏ ਨੇ ਅਤੇ ਸਾਡੇ ਵੱਲੋਂ ਵੀ ਜਿਹੜਾ ਲੋਕਲ ਲੈਵਲ 'ਤੇ ਜਿਹੜੇ ਫੀਡਰ ਓਵਰਲੋਡ ਨੇ ਉਹਨਾਂ ਨੂੰ ਡੀਲੋਡ ਕਰ ਲਿਆ ਗਿਆ ਅਸੀਂ ਵੀ ਪੂਰੇ ਤਿਆਰ ਹਾਂ ਕਿਸਾਨਾਂ ਨੂੰ ਵਧੀਆ ਸਪਲਾਈ ਦੇਣ ਲਈ ਅਤੇ ਸ਼ਹਿਰ ਵਾਸੀਆਂ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ 24 ਘੰਟੇ ਵਾਲੀ ਲਾਈਟ 'ਚ ਪਿੰਡਾਂ ਦੇ ਸ਼ਹਿਰ ਦਾ ਕੋਈ ਫਰਕ ਨਹੀਂ ਪਏਗਾ ਅਤੇ ਜਿਹੜੇ ਚੋਰੀ ਲੋਕ ਕਰਦੇ ਨੇ ਬਿਜਲੀ ਦੀ ਉਹਨਾਂ ਦੀ ਜਾਂਚ ਕਰਨ ਵਾਲੇ ਵੱਖਰੇ ਤਰ੍ਹਾਂ ਦਾ ਉਪਰਾਲਾ ਕੋਈ ਟੀਮਾਂ ਇਕੱਠੀ ਕਰਕੇ ਸਵੇਰੇ ਸ਼ਾਮ ਹਨੇਰੇ ਟਾਈਮ ਜਾਂ ਥਿੰਨ ਟਾਈਮ ਨਹੀਂ ਉਹ ਕਰਦੇ ਜਾ ਰਹੀਆਂ ਉਹ ਅਸੀਂ ਸਪਰਾਈ ਚੈਕਿੰਗਾਂ ਕਰ ਰਹੇ ਹਾਂ ਜੀ ਉਹ ਤਾਂ ਸਾਡੀ ਰੂਟੀਨ ਦੇ ਵਿੱਚ ਚੱਲੀ ਜਾ ਰਹੀਆਂ ਇਹੋ ਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਅਸੀਂ ਸਪਰਾਈ ਚੈਕਿੰਗਾਂ ਕਰ ਰਹੇ ਹਾਂ ਤੁਸੀਂ ਸਾਡੇ ਜ਼ਰੀਏ ਫਾਜ਼ਿਲਕਾ ਵਾਸੀਆਂ ਨੂੰ ਜਾਂ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੂੰ ਕੀ ਹੋਰ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਮੇਰਾ ਸੰਦੇਸ਼ ਇਹੀ ਹੈ ਕਿ ਜਿਹੜੀ ਆ ਬਿਜਲੀ ਜਿਹੜੀ ਬਚਾਉਣੀ ਚਾਹੀਦੀ ਆ ਆਪਾਂ ਨੂੰ ਅਤੇ ਇਹਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਆ ਅਤੇ ਆਪਦੇ ਆਂਢ ਗੁਆਂਢ ਜੇ ਬਿਜਲੀ ਚੋਰੀ ਹੋ ਰਹੀ ਹੈ ਤਾਂ ਉਹਦੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਜੇ ਬਿਜਲੀ ਹੀ ਵਧੀਆ ਤਰੀਕੇ ਨਾਲ ਬਚੀ ਜਾ ਸਕਦੀ ਹੈ ਤਾਂ ਸਭ ਨੂੰ ਵਧੀਆ ਤਰੀਕੇ ਨਾਲ ਹੀ ਮਿਲੂਗੀ ਅਤੇ ਪੂਰੀ ਮਿਲੇਗੀ ਅਤੇ ਮੇਰੀ ਇੱਕ ਹੋਰ ਬੇਨਤੀ ਹੈ ਸਾਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ 'ਤੇ ਵੀ ਜਿਹਦਾ ਵੀ ਅਗਰ ਕੋਈ ਬਿੱਲ ਪੈਂਡਿੰਗ ਹੈ ਕੋਈ ਕਮਰਸ਼ੀਅਲ ਹੈ ਕੋਈ ਇੰਡਸਟਰੀ ਦਾ ਉਹ OTS ਸਕੀਮ ਦਾ ਲਾਭ ਉਠਾਵੇ ਅਤੇ ਉਹ ਆਪਣਾ ਬਕਾਇਆ ਜਿਹੜਾ ਤੁਰੰਤ ਜਲਦ ਤੋਂ ਜਲਦ ਜਮ੍ਹਾਂ ਦਫ਼ਤਰ ਕਰਵਾਉਣ ਤਾਂ ਕਿ ਅੱਗੇ ਅਸੀਂ ਜੇ ਕਨੈਕਸ਼ਨ ਕੱਟਣ ਦੀ ਜਿਹੜੀ ਮੁਹਿੰਮ ਹੈ ਉਹ ਚਲਾ ਰੱਖੀ ਹੈ ਅਤੇ ਉਹ ਕੱਲ੍ਹ ਨੂੰ ਅਗਰ ਕਿਸੇ ਦਾ ਕਨੈਕਸ਼ਨ ਕੱਟਿਆ ਗਿਆ ਤਾਂ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਥੈਂਕ ਯੂ ਸਰ ਨਮਸਕਾਰ ਧੰਨਵਾਦ ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत